Yeah.
Yeah.
देखियो कि दुनिया के लोग गुरु नूं गलत ना समझदे। गुरु नूं पछाणना बड़ा जरूरी। गुरु का आदर्श इन दो लाइनों में केड़ा सुंदर ख्याल है। कहते मैं दुनिया में आया, मेरा चित आना ही नहीं सी। संसार से जाके धर्म चला जेड़े कपटी वाले लोग ने, जेड़े संसार के सुख में पछाणदे ने, जिन्ना तो मनुखता परेशान है, ऐसे लोगों को वर्ज ते जिन्ना भी हो वे उन्हें वर्ज। कहने लगे दुनिया के लोगों एक ख्याल करो, मैं केवल धर्म चलाने लिया, मेरी सारी जिंदगी का संघर्ष केवल धर्म लिया। गुरु दशम पातशाह जी की लड़ाई उनका मैदान में जूझना, उनके पिछोकड़ जा जा और कम कर रहे तो है धर्म का। क्यों ना करे, क्योंकि श्री गुरु ग्रंथ साहिब की बाणी ने अपनी रस्मों को मोह ला दी कि पहचानना यह है कि सूरमा वो है जेड़ा धर्म की कादर है। उन्हें तुम कुछ श्रवण कर रहे सो श्री गुरु ग्रंथ साहिब की बाणी। धार्मिक ग्रंथ मन गए
ਤੇ ਕੀ ਇਸ ਨੂੰ ਧਾਰਮਿਕ ਗ੍ਰੰਥ ਮੰਨਣ ਲੱਗਿਆਂ ਸਾਡੇ ਮਨ ਵਿੱਚ ਇੱਕ ਸਵਾਲ ਵੀ ਪੈਦਾ ਹੁੰਦਾ ਕਿ ਰਮਾਇਣ ਵਿੱਚ ਜਿਹੜੀ ਕਹਾਣੀ ਰਮਾਇਣ ਦਾ ਜੋ ਥੀਮ ਹੈ ਰਮਾਇਣ ਦਾ ਜੋ ਥਾਤ ਹੈ ਉਹ ਕਿੱਥੇ ਖਲੋਤੇ ਉਹ ਲੜਾਈ ਕਿਉਂ ਹੋਈ ਭਗਵਾਨ ਰਾਮ ਦਾ ਰਾਵਣ ਨਾਲ ਕੀ ਬਹਿਸ ਰਾਵਣ ਨਾਲ ਕੀ ਦੁਸ਼ਮਣੀ ਸੀ ਇਸਦਾ ਮਤਲਬ ਗੈਰਤ ਤੇ ਅਣਖ ਵੀ ਧਰਮ ਹੈ ਜੇ ਰਾਮਾਇਣ ਧਾਰਮਿਕ ਗ੍ਰੰਥ ਹੈ ਤੇ ਲੜਾਈ ਕੋਈ ਗੈਰਤ ਤੇ ਅਣਖ ਵੀ ਹੈ ਹੋਰ ਤਾਂ ਕੋਈ ਦੁਸ਼ਮਣੀ ਨਹੀਂ ਇਹਦੇ ਪਿਛੋਕਰ ਵਿੱਚ ਹੋਰ ਤਾਂ ਕੋਈ ਖਿਆਲ ਕੰਮ ਨਹੀਂ ਕਰਦਾ ਗੈਰਤ ਨੂੰ ਕੁੰਭੇ ਹੈ ਇੱਜ਼ਤ ਤੇ ਅਣਖ ਨੂੰ ਹੱਥ ਪਾਇਆ ਹੈ ਭਗਵਾਨ ਰਾਮ ਨੇ ਤਲਵਾਰ ਉਠਾਈ ਹੈ ਤੀਰ ਉਠਾਇਆ ਹੈ ਤੇ ਲੜਾਈ ਵਾਲਿਆਂ ਨੇ ਗੈਰਤ ਇਸੇ ਲਈ ਗੈਰਤ ਤੇ ਅਣਖ ਦੀ ਲੜਾਈ ਨੂੰ ਲੜਨ ਦੇ ਕਹਾਣੀ ਨੂੰ ਇਤਿਹਾਸ ਨੂੰ ਲੋਕਾਂ ਨੇ ਰਾਮਾਇਣ ਧਾਰਮਿਕ ਗ੍ਰੰਥ ਆਖਿਆ ਕਿਉਂਕਿ ਗੈਰਤ ਤੇ ਅਣਖ ਦੀ ਲੜਾਈ ਵੀ ਧਰਮ ਗ੍ਰੰਥ ਦੇ ਮੁਤਾਬਕ ਧਾਰਮਿਕ ਮੰਨੀ ਜਾਂਦੀ ਹੈ ਇਹ ਵੀ ਧਰਮ ਹੈ ਗੀਤਾ ਮਹਾਂਭਾਰਤ ਦੇ ਮੈਦਾਨ ਨੂੰ ਸੁਚਾਰੀ ਮਹਾਂਭਾਰਤ ਦੀ ਲੜਾਈ ਦੋ ਭਰਾਵਾਂ ਵਿੱਚ ਹੋਈ ਉੱਥੇ ਕੋਈ ਮਾਲਾਂ ਦਾ ਸਵਾਲ ਸੀ ਉੱਥੇ ਇਤਿਹਾਸ ਦਾ ਝਗੜਾ ਕੋਈ ਕਿਸੇ ਸ਼ਿਵ ਦੁਆਲੇ ਕਿਸੇ ਠਾਕਰ ਦੁਆਰੇ ਦਾ ਸੀ ਉੱਥੇ ਇਤਿਹਾਸ ਕਿਸੇ ਮੰਦਿਰ ਦਾ ਸੀ ਉੱਥੇ ਇਤਿਹਾਸ ਦਾ ਸੀ ਹੱਕਾਂ ਤੇ ਅਧਿਕਾਰਾਂ ਦਾ ਮੈਂ ਪੁੱਛਣਾ ਚਾਹੁੰਦਾ ਸਿਰਫ ਧਰਮ ਦੀ ਪਰਿਭਾਸ਼ਾ ਕਰਨ ਲੱਗਿਆ ਸਾਨੂੰ ਬੜਾ ਮੈਦਾਨ ਤੋੜਾ ਕਰਨਾ ਪੈਣਾ ਜੇ ਮਹਾਂਭਾਰਤ ਸਾਡਾ ਧਰਮ ਗ੍ਰੰਥ ਹੈ ਜੇ ਗੀਤਾ ਨੂੰ ਅਸੀਂ ਧਰਮ ਗ੍ਰੰਥ ਮੰਨੀਏ ਤਾਂ ਇਸ ਦਾ ਮਤਲਬ ਹੱਕਾਂ ਅਧਿਕਾਰਾਂ ਨੂੰ ਵੀ ਧਰਮ ਮੰਨਣਾ ਪਏਗਾ ਕਿਉਂਕਿ ਜੇ ਕੈਰਵਾਂ ਤੇ ਪਾਂਡਵਾਂ ਦੀ ਲੜਾਈ ਹੋਈ ਹੈ ਤਾਂ ਕਿਸੇ ਮੰਦਿਰ ਦੇ ਨਹੀਂ ਹੋਈ ਕਿਸੇ ਠਾਕਰ ਦੁਆਰੇ ਦੀ ਨਹੀਂ ਹੋਈ ਕਿਸੇ ਮਾਲਾ ਦੀ ਨਹੀਂ ਹੋਈ ਕਿਸੇ ਪੂਜਾ ਦੁਕਾਨ ਹੋਈ ਨਹੀਂ ਹੋਈ ਹੋਈ ਹੈ ਹੱਕਾਂ ਤੇ ਅਧਿਕਾਰਾਂ ਲਈ ਅਣਖ ਤੇ ਗੈਰਤ ਲਈ ਇਸ ਦਾ ਮਤਲਬ ਹੱਕਾਂ ਅਧਿਕਾਰਾਂ ਲਈ ਲੜਨਾ ਇਸ ਦਾ ਮਤਲਬ ਅਣਖ ਤੇ ਗੈਰਤ ਲਈ ਲੜਨਾ ਵੀ ਧਰਮ ਦੀ ਲੜਾਈ ਮੰਨਿਆ ਜਾਂਦਾ ਇਹ ਤਿੰਨ ਗ੍ਰੰਥ ਇਸ ਗੱਲ ਦੀ ਗਵਾਹੀ ਕਰਦੇ ਇਸ ਗੱਲ ਦੀ ਸ਼ਹਾਦਤ ਦਿੰਦੇ ਨੇ ਇਸ ਗੱਲ ਲਈ ਸੰਸਾਰ ਦੇ ਸਾਹਮਣੇ ਇੱਕ ਸਬੂਤ ਪੇਸ਼ ਕਰਦੇ ਨੇ ਕਿ ਦੁਨੀਆਂ ਦੇ ਲੋਕੋ ਭਗਵਾਨ ਰਾਮ ਦਾ ਅਣਖ ਤੇ ਗੈਰਤ ਲਈ ਲੜਨਾ ਧਰਮ ਲਈ ਲੜਨਾ ਇਸੇ ਲਈ ਰਾਮਾਇਣ ਧਾਰਮਿਕ ਗ੍ਰੰਥ ਹੈ ਮਹਾਂਭਾਰਤ ਅੰਦਰ ਕੈਰਵਾਂ ਤੇ ਪਾਂਡਵਾਂ ਦਾ ਲੜਨਾ ਪਾਂਡਵਾਂ ਦਾ ਕੈਰਵ ਕੈਰਵਾਂ ਦੇ ਸਾਹਮਣੇ ਮੈਦਾਨ ਵਿੱਚ ਆਉਣਾ ਤਲਵਾਰ ਉਠਾਉਣਾ ਇਹ ਹੱਕ ਤੇ ਅਧਿਕਾਰਾਂ ਦੀ ਲੜਾਈ ਹੈ ਇਸ ਲਈ ਹੱਕ ਤੇ ਅਧਿਕਾਰਾਂ ਨੇ ਲੜਨਾ ਵੀ ਇੱਕ ਧਰਮ ਲਈ ਲੜਨਾ ਇਸ ਦਾ ਮਤਲਬ ਹੱਕ ਤੇ ਅਧਿਕਾਰ ਪ੍ਰਾਪਤ ਕਰਨੇ ਅਣਖ ਤੇ ਗੈਰਤ ਬਰਕਰਾਰ ਰੱਖਣੀ ਇਹ ਸਾਰੀਆਂ ਲੜਾਈਆਂ ਧਰਮ ਦੀਆਂ ਮੰਨੀਆਂ ਜਾਂਦੀਆਂ ਇਸ ਦਾ ਮਤਲਬ ਹੱਕ ਤੇ ਅਣਖ ਲਈ ਲੜਨਾ ਧਰਮ ਦੀ ਲੜਾਈ ਹੈ ਇਹਨੂੰ ਧਰਮ ਦੀ ਲੜਾਈ ਆਪਣਾ ਤੇ ਗੁਰੂ ਦਸਵੀਂ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੇ ਇਹ ਗੱਲ ਆਖੀ ਮਤਲਬ ਜੇ ਮੈਂ ਲੜਨ ਲਈ ਵੀ ਪਰਿਵਾਰ ਉਠਾਈ ਹੈ ਤਾਂ ਧਰਮ ਦੀ ਖਾਤਰ ਮੈਂ ਕਿਸੇ ਕੋਲੋਂ ਰਾਜ ਖੋਣ ਦੀ ਖਾਤਰ ਨਹੀਂ ਰੱਖੀ ਹੱਕਾਂ ਤੇ ਅਧਿਕਾਰਾਂ ਦੀ ਖਾਤਰ ਹਰ ਮਨੁੱਖ ਨੂੰ ਆਪਣੇ ਜੀਵਨ ਦੇ ਪੂਰੇ ਅਧਿਕਾਰ ਹੋਣ ਪੂਰੇ ਹੱਕ ਹੋਣ ਉਹ ਆਪਣੇ ਅਣਖ ਤੇ ਗੈਰਤ ਦੇ ਜੀਵਨ ਬੇਫਿਕਰੀ ਨਾਲ ਜੀਉ ਸਕੇ ਇਹ ਮੈਂ ਸੰਸਾਰ ਨੂੰ ਹੱਕ ਦਿਵਾਉਣਾ ਚਾਹੁੰਦਾ ਤੇ ਹੱਕਾਂ ਦੀ ਲੜਾਈ ਇਨਸਾਫ ਦੀ ਲੜਾਈ ਅਧਿਕਾਰਾਂ ਦੀ ਲੜਾਈ ਅਣਖ ਤੇ ਗੈਰਤ ਦੀ ਲੜਾਈ ਧਰਮ ਦੀ ਦੀਨ ਦੀ ਲੜਾਈ ਹੁੰਦੀ ਹੈ ਕਿਉਂਕਿ ਇਹ ਗੱਲਾਂ ਧਰਮ ਵਿੱਚ ਸ਼ਾਮਲ ਹੋ ਗਈਆਂ ਆਪਣੀ ਰਸਨਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਖਿਆਲ ਤੇ ਮੋਹਰ ਲਾਈ ਇਹ ਕਹਿੰਦੇ ਲੜੇ ਦੀਨ ਕੇ ਹੈ
Oh,